ਤੇ ਬਿਕਰਮ ਜੀਠੀਆ ਦੇ ਹੱਕ ਦੇ ਵਿੱਚ ਵਰਕਰ ਇਕੱਠੇ ਹੋ ਚੁੱਕੇ ਨੇ। ਤੁਹਾਨੂੰ ਦੱਸ ਦਈਏ ਕਿ ਪਟਿਆਲਾ ਜੇਲ੍ਹ ਦੇ ਬਾਹਰ ਵਰਕਰਾਂ ਨੇ ਤੰਬੂ ਲਗਾ ਲਏ ਨੇ। ਉਹਨਾਂ ਦਾ ਕਹਿਣਾ ਹੈ ਕਿ ਜੀਠੀਆ ਦੇ ਬਾਹਰ ਆਉਣ ਤੱਕ ਇਹ ਹਾਜ਼ਰੀ ਸਾਡੀ ਇੱਥੇ ਹੀ ਜਾਰੀ ਰਹੇਗੀ। ਤੁਹਾਨੂੰ ਦੱਸ ਦਈਏ ਕਿ ਹਰਪਾਲ ਜੁਨੇਜਾ, ਚਰਨਜੀਤ ਬਰਾੜ ਸਮੇਤ ਮੌਜੂਦਾ ਅਕਾਲੀ ਵਰਕਰ ਜਿਹੜੇ ਨੇ ਉਹਨਾਂ ਨੇ ਤੰਬੂ ਲਗਾ ਲਿਆ ਹੈ ਪਟਿਆਲਾ ਜੇਲ੍ਹ ਦੇ ਬਾਹਰ। ਸਾਨੂੰ ਅਦਾਲਤ ਤੇ ਭਰੋਸਾ ਹੈ, ਇਹ ਕਹਿਣਾ ਹੈ ਚਰਨਜੀਤ ਸਿੰਘ ਬਰਾੜ ਦਾ। ਬਦਲੇ ਦੀ ਭਾਵਨਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਚਰਨਜੀਤ ਬਰਾੜ ਦੇ ਬਿਆਨ ਸਾਹਮਣੇ ਆਏ ਨੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਦੀ ਕੱਲ ਮਾਨਯੋਗ ਮੋਹਾਲੀ ਦੀ ਅਦਾਲਤ ਵੱਲੋਂ ਜਿਹੜੀ ਜ਼ਮਾਨਤ ਹੈ ਰੱਦ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਸ ਵੱਲੋਂ ਜਿਹੜਾ ਹੈਗਾ ਪਟਿਆਲਾ ਕੇਂਦਰੀ ਜੇਲ੍ਹ ਦੇ ਬਾਹਰ ਤੰਬੂ ਵੀ ਲਗਾ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਕਿ ਇੱਥੇ ਲਗਾਤਾਰ ਵਰਕਰਸ ਜਿਹੜੇ ਹੈਗੇ ਆ ਉਹ ਇੱਥੇ ਬੈਠ ਕੇ ਉਹਨਾਂ ਦਾ ਹੌਸਲਾ ਅਫਜਾਈ ਕਰਨਗੇ। ਦੱਸ ਦਈਏ ਕਿ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਪਰਸੋਂ ਰਾਤ ਤੋਂ ਜਿਹੜੇ ਬਿਕਰਮ ਸਿੰਘ ਮਜੀਠੀਆ ਬੰਦ ਨੇ ਤੇ ਬੇਲ ਰਿਜੈਕਟ ਹੋਣ ਤੋਂ ਬਾਅਦ ਕਿਆਸ ਲਗਾਇਆ ਜਾ ਰਿਹਾ ਕਿ 8 ਤਰੀਕ ਤੱਕ ਉਹ ਇਸੀ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਰਹਿਣਗੇ। ਹਾਲਾਂਕਿ ਉਹਨਾਂ ਦੇ ਵਕੀਲ ਵੱਲੋਂ ਹਾਈ ਕੋਰਟ 'ਚ ਜਾ ਕੇ ਕੱਲ੍ਹ ਸੋਮਵਾਰ ਨੂੰ ਜਿਹੜਾ ਹੈਗਾ ਇੱਕ ਪਟੀਸ਼ਨ ਵੀ ਦਾਇਰ ਕਰ ਸਕਦੇ ਆ। ਹੁਣ ਦੇਖਣਾ ਇਹ ਹੋਵੇਗਾ ਕਿ ਹਾਈ ਕੋਰਟ ਵੱਲੋਂ ਕੋਈ ਜਿਹੜੀ ਹੈਗੀ ਰਾਹਤ ਮਿਲਦੀ ਹੈ ਜਾਂ ਨਹੀਂ ਮਿਲਦੀ ਬਿਕਰਮ ਸਿੰਘ ਮਜੀਠੀਆ ਨੂੰ, ਇਹ ਦੇਖਣਾ ਹੋਵੇਗਾ। ਲੇਕਿਨ ਇੰਨਾ ਜ਼ਰੂਰ ਹੈ ਕਿ ਵਰਕਰਸ ਵੱਲੋਂ ਉਹਨਾਂ ਦਾ ਹੌਸਲਾ ਬੁਲੰਦ ਕਰਨ ਲਈ ਇੱਥੇ ਤੰਬੂ ਲਗਾ ਦਿੱਤਾ ਗਿਆ। ਕੁਛ ਦੂਰੀ ਤੇ ਹੀ ਤੰਬੂ ਲਗਾਇਆ ਗਿਆ। ਕੁਛ ਸਮੇਂ ਬਾਅਦ ਜਿਹੜੇ ਹੈਗੇ ਆ ਵਰਕਰਸ, ਅਤੇ ਦੇਖ ਸਕਦੇ ਹੋ ਕਿ ਤਸਵੀਰਾਂ ਰਾਹੀਂ ਤੁਹਾਨੂੰ ਦਿਖਾਉਣਾ ਚਾਹੂੰਗਾ ਕਿ ਪਟਿਆਲਾ ਸ਼ਹਿਰੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸ਼੍ਰੋਮਣੀ ਉਮੀਦਵਾਰ ਸੀ ਹਰਪਾਲ ਜਨੇਜਾ, ਉਹ ਵੀ ਇੱਥੇ ਬੈਠੇ ਨੇ ਆਪਣੇ ਵਰਕਰਾਂ ਸਮੇਤ, ਅਤੇ ਚਰਨਜੀਤ ਸਿੰਘ ਬਰਾੜ ਜੋ ਕਿ ਰਾਜਪੁਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੀ, ਉਹ ਵੀ ਇੱਥੇ ਆ ਕੇ ਬੈਠੇ ਹੋਏ ਨੇ। ਸੋ ਲਗਾਤਾਰ ਹੌਸਲਾ ਅਫਜਾਈ ਕਰਨ ਦੇ ਲਈ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਮਜੀਠੀਆ ਦੇ ਹੌਸਲਾ ਅਫਜਾਈ ਕਰਨ ਲਈ ਇੱਥੇ ਬੈਠੇ ਹੋਏ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਹਾਈ ਕੋਰਟ ਦੇ ਵਿੱਚ ਉਹਨਾਂ ਨੂੰ ਅਗਾਊ ਜ਼ਮਾਨਤ ਮਿਲਦੀ ਹੈ ਜਾਂ ਨਹੀਂ। ਪਟਿਆਲਾ ਤੋਂ ਬਲਿੰਦਰ ਸਿੰਘ, ਜ਼ੀ ਮੀਡੀਆ।